ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਜਰੋਰ ਵਿਖੇ ਰੇਤ ਮਾਫੀਆ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਹੀ ਛਾਪੇਮਾਰੀ ਕਰਕੇ 4 ਟਰੈਕਟਰਾਂ ਅਤੇ ਇੱਕ JCB ਮਸ਼ੀਨ ਨੂੰ ਕਬਜ਼ੇ 'ਚ ਲੈ ਲਿਆ, ਜਦਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਚੱਬੇਵਾਲ ਦੇ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਪੁਲਿਸ ਵੱਲੋਂ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਦੇ ਵਾਹਨਾਂ ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਟੀਮਾਂ ਬਣਾਈਆਂ ਗਈਆਂ ਨੇ, ਜਿਨ੍ਹਾਂ ਵੱਲੋਂ ਰੇਤ ਮਾਫੀਆ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਲੀਗਲ ਮਾਈਨਿੰਗ ਹੋ ਰਹੀ ਆ ਤਾਂ ਮੌਕੇ 'ਤੇ ਮੈਂ ਆਪਣੇ ਸਟਾਫ ਦੇ ਨਾਲ ਉੱਥੇ ਪੁੱਜਾ ਅਤੇ ਮਾਈਨਿੰਗ ਜਿਹੜੇ ਕਰ ਰਹੇ ਸੀਗੇ ਉਹ ਬੰਦੇ ਤਾਂ ਉੱਥੋਂ ਦੌੜ ਗਏ, ਲੇਕਿਨ ਉੱਥੇ 4 ਟਰਾਲੀਆਂ, 4 ਟਰੈਕਟਰ ਅਤੇ JVC ਮਸ਼ੀਨ ਉਹ ਮੌਕੇ 'ਤੇ ਪਾਈ ਗਈ। ਜਿਹੜੀ 'ਚ ਲੈ ਕੇ ਤਾਂ FIR ਨੰਬਰ 24 ਜਿਹੜੀ ਮਾਈਨਿੰਗ ਮਿਨਰਲ ਐਂਡ ਮਾਈਨਿੰਗ ਐਕਟ ਦੇ ਤਹਿਤ ਮੁਕੱਦਮਾ ਰਾਹ ਦਰਜ ਕਰ ਦਿੱਤਾ ਜੀ। ਅਸੀਂ ਪਾਰਟੀਆਂ ਸਪੈਸ਼ਲ ਬਣਾਈਆਂ ਹੋਈਆਂ, ਜਿਹੜੀਆਂ ਸਾਡੀਆਂ ਖੱਡਾਂ ਨਾ ਜਿੱਥੇ ਕਿ ਸਾਨੂੰ ਲੱਗਦਾ ਮਾਈਨਿੰਗ ਹੋ ਸਕਦੀ ਆ, ਉੱਥੇ ਸਪੈਸ਼ਲ ਪਾਰਟੀਆਂ ਬਣਾ ਕੇ ਅਸੀਂ ਮੂਵ ਕੀਤੀਆਂ, ਨਿਗਰਾਨੀ ਰੱਖੀ ਜਾ ਰਹੀ ਹੈ। ਦੁਬਾਰਾ ਅਸੀਂ ਇਸ ਤਰ੍ਹਾਂ Are you ready to study? We have the Hoshiarpur's number one institute, well-equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.